ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮਾਂ ਦੇ ਉੱਤੇ ਜਿਸ ਤਰੀਕੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾਕਟਰ ਬਲਜਿੰਦਰ ਸਿੰਘ ਹਮਦਰਦ ਹੋਰਾਂ ਵਿਜੀਲੈਂਸ ਵੱਲੋਂ ਜਿਹੜੀ ਹੈ ਸਮਲਿੰਗ ਕੀਤੀ ਜਾ ਰਹੀ ਹੈ, ਇਹ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਵਨਡੈਟਾ ਪੋਲੀਟਿਕਸ ਦਾ ਸ਼ਿਖਰ ਹੈ। ਇੱਕ ਉਹ ਵਿਅਕਤੀ ਜਿਹੜੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਵਜੋਂ ਜਾਣੇ ਜਾਂਦੇ, ਜਿਨ੍ਹਾਂ ਦੀ ਪੰਜਾਬੀ ਮਾਂ ਬੋਲੀ ਨੂੰ ਪੰਜਾਬ ਨੂੰ ਬਹੁਤ ਵੱਡੀ ਸੇਵਾ, ਔਰ ਜਿਨ੍ਹਾਂ ਨੇ ਪਹਿਲਾਂ ਵਿਰਾਸਤੇ ਖਾਲਸਾ ਦੇ ਵਿੱਚ ਬਹੁਤ ਵੱਡਾ ਇਤਿਹਾਸਿਕ ਰੋਲ ਨਿਭਾਇਆ, ਔਰ ਫਿਰ ਜੰਗੇ ਆਜ਼ਾਦੀ ਦੀ ਜਿਹੜੀ ਯਾਦਗਾਰ ਹੈ ਉਹਦੀ ਸਥਾਪਨਾ ਵਾਸਤੇ ਇੰਨਾ ਲੰਬਾ ਸਮਾਂ ਲਗਨ ਦੇ ਨਾਲ ਲਾਇਆ, ਉਸ ਵਿਅਕਤੀ ਦੇ ਨਾਲ ਕਿਹੜ ਕੱਢਣੀ ਇਹ ਕਿਸੇ ਵੀ ਤਰੀਕੇ ਸਰਕਾਰ ਨੂੰ ਸ਼ੋਭਾ ਨਹੀਂ। ਪਹਿਲਾਂ ਅਜੀਤ ਅਖਬਾਰ ਦੇ ਇਸ਼ਤਿਹਾਰਬੰਦ ਕੀਤੇ ਗਏ, ਉਸ ਤੋਂ ਪਹਿਲਾਂ ਕੁਮਾਰ ਵਿਸ਼ਵਾਸ ਵਰਗਿਆਂ ਦੇ ਕੇਸ ਦਰਜ ਕੀਤੇ ਗਏ, ਦਿੱਲੀ ਦੇ ਹੋਰ ਆਗੂਆਂ ਦੇ ਖਿਲਾਫ਼ ਵੀ ਸਰਕਾਰ ਨੇ ਕੇਸ ਕੀਤੇ। ਥੋੜ੍ਹੇ ਦਿਨ ਪਹਿਲਾਂ ਟਾਈਮਸ ਆਫ ਇੰਡੀਆ ਦੀ ਪੱਤਰਕਾਰ ਜਿਹਨੇ ਕੇਜਰੀਵਾਲ ਦੇ ਸ਼ੀਸ਼ ਮਹਿਲ ਦੀ ਰਿਪੋਰਟਿੰਗ ਕੀਤੀ ਸੀ, ਭਾਵਨਾ ਕਿਸ਼ੋਰ ਉਹਦੇ ਖਿਲਾਫ਼ ਕੇਸ ਦਰਜ ਕੀਤਾ ਗਿਆ। ਪਰ ਅੱਜ ਜਿਸ ਤਰੀਕੇ ਡਾਕਟਰ ਬਲਜਿੰਦਰ ਸਿੰਘ ਹਮਦਰਦ ਨੂੰ ਜਿਹੜਾ ਸੰਬਲਿੰਗ ਕੀਤੀ ਗਈ ਹੈ, ਇਹ ਮੈਂ ਸਮਝਦਾ ਕਿ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟਣ ਵਾਲੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਮੈਂ ਇਹਨੂੰ ਕੰਡੈਮ ਕਰਦਾ, ਔਰ ਪੰਜਾਬ ਦੀ ਜਨਤਾ ਕਿਸੇ ਵੀ ਤਰੀਕੇ ਸਰਕਾਰ ਦੇ ਇਸ ਧੱਕੇ ਨੂੰ ਸਹਿਣ ਨਹੀਂ ਕਰੇ। ਇਸ ਲਈ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਉਹਨੂੰ ਜਾਗਣਾ ਚਾਹੀਦਾ। ਪੰਜਾਬੀਆਂ ਨੇ ਇਸ ਤਰੀਕੇ ਐਡੇ ਵੱਡੇ ਧੱਕੇ ਨੂੰ ਕਦੀ ਵੀ ਇੱਦਾਂ ਪ੍ਰਵਾਨ ਨਹੀਂ ਕੀਤਾ, ਅਤੇ ਹਰ ਜਿਹੜਾ ਸਰਕਾਰ ਦਾ ਇਹ ਕਦਮ ਹੈ ਇਹਦਾ ਸ਼੍ਰੋਮਣੀ ਅਕਾਲੀ ਦਲ ਡਟ ਕੇ ਵਿਰੋਧ ਕਰੇ।